आ जाओ भाई जुड़ जाओ, कुछ कुछ जरूरी गल्ला कर लिए आपां, तुहानू दसीए आ की कहानी आ जिहड़ी गड्डी रात मगर लगी आ भाई यार, है ना। हैलो आ जाओ भाई यार जुड़ो। हाँ भाई शेयर कर दो भाई यार, जिहड़े जिहड़े बंदे जुड़े ने, आपां बहुत ही जरूरी गल करनी अज्ज तुहानू दसणा, है ना, भी अपना अपना दुश्मन कौन असली, भी अपने मगर रात कि गड्डी लगी सी हैरान नंबर या चार पाँच दिनों तो किरान कि कौन गड्डिया लाता सी मगर, तो आप गड्डिया की कुख पड़ताल करिए, गड्डिया की वीडियो भी पाती रहा इस वीडियो तो पहला मैं, सो तुसी वीडियो शेयर करो, वध तो वध शेयर कर दो भाई वीरे मेरे, ताकि वध तो वध बंदे जुड़ जाने यार, शेयर कर दो भीरे, शेयर हाँ ठीक ने भीरे सरान साहब, शेयर कर दो वीडियो, ग्रुपां च भी सुट दो, फेसबुक से भी शेयर कर दो, आपां लोगों तक आवाज़ पहुँचाउणी है, अपने स्ट्राइक स्ट्रूकां बजियां सरकार भेज नहीं चल दिंदी, आपां तां यार जानकारी देनी है सही भी अपना दुश्मन कौन है, भीरे सारे शेयर करो, कल्ला कल्ला बंदा यार जिहड़ा बंद बिंदा वीडियो देख रहा, ताकि बंदे अपने नाल जुड़न ते वधन भरा, है ना भीरो, बस थोड़े जिहे बंदे जोड़ दो होर आपां शेयर गल शुरू कर देंगे, एक मैं इत्थों पहला पैंदा नहीं, मैं कहिंदा रोज़ लाइव हुंदा तां अपने बंदे उह रहिंदे ने दूर अपने तों, शेयर कर दो भीरे होर शेयर कर दो थोड़ी जी, जोड़ दो बंदे नू, मैंशन करके जोड़ दो, चाहे सारे शेयर कर दो यार, ग्रुपां च छड़ दो सारे च, आपां दसदे आ अज भी अपने मार कि बंदे लगते ने इन्ने दिनों तो, आपां उन्हां ते निगाह रखी है, कल रात दा आपां बंदे फड़ ले भी कित्थे वड़दे ने बंदे, वो सो तुहानू मैं सारा समझाउणा भी दुश्मन कौन हुंदी अपने पंजाबियों की, जो पंजाबी बोलते ने सच बोलन लग जाते हैं, आपां कहना एजेंसियां कतल कराउंदियां जां पुलिस, ये तुहानू तुहाडे सामने क्लीयर कर दिंदा मैं हुण, जमा इहदा जवाब दे कौन होऊगा ਇਹ ਹੁਣ ਤੁਸੀਂ ਦੱਸਣਾ, ਮੈਂ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਲਿਆ। ਚਲੋ ਆਪਾਂ ਸ਼ੁਰੂ ਕਰਦੇ ਹਾਂ, ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ਪ੍ਰਵਾਨ ਕਰਨੀ। ਹਾਂ ਹਾਂ ਪਾ ਲਿਆ ਕਰੋ ਬਾਈ ਲਾਈਵ, ਜਿਵੇਂ ਮਰਜ਼ੀ ਪਾਓ, ਆਪਾਂ ਨੂੰ ਕੋਈ ਚੱਕਰ, ਡਾਊਨਲੋਡ ਪਾਓ ਜਿਵੇਂ ਮਰਜ਼ੀ ਪਾਓ, ਖੁੱਲ੍ਹੇ ਖਾਤੇ ਨੇ ਆਪਣੇ, ਆਪਾਂ ਨੂੰ ਕੀ ਪਰਵਾਹ ਯਾਰ, ਪਾ ਦਿਓ ਕਰੋ, ਗੱਲ ਪਹੁੰਚਾਉਣੀ ਹੈ ਜਿਵੇਂ ਮਰਜ਼ੀ ਪਹੁੰਚਾਓ, ਹੈ ਨਾ, ਆਪਣੇ ਦਿਨ ਸਵਾਸਾਂ ਦੀ ਪੂੰਜੀ ਪਰਮਾਤਮਾ ਜਿੰਨੀ ਬਖਸ਼ ਦੇਖੋ, ਨਹੀਂ ਤਾਂ ਭੱਜੇ ਆਵਾਂਗੇ। ਇਹ ਸਰਕਾਰ ਆਪਣਾ ਕੁਛ ਨਹੀਂ ਕਰ ਸਕਦੀ, ਪੁਲਿਸ ਕੁਛ ਨਹੀਂ ਕਰ ਸਕਦੀ, ਜਿੱਦੇ ਸਾਹਮਣੇ ਟੱਕਰੇ ਹੋਣਗੇ ਉੱਧਰ ਰੱਬ ਜਾਣਦਾ। ਹੁਣ ਮੈਂ ਤੁਹਾਨੂੰ ਗੱਲਾਂ ਦੱਸਦਾ, ਕੁਛ ਕੁ ਸੁਣ ਲਿਓ, ਇਹ ਉਹੀ ਪੁਰਾਣੇ ਕੰਮਾਂ 'ਤੇ ਉਤਰ ਆਏ ਬਾਈ ਪੱਤਰਕਾਰ ਸਾਹਿਬ, ਤੁਸੀਂ ਵੀ ਸ਼ੇਅਰ ਕਰਿਓ, ਇਹ ਆਵਾਜ਼ ਤੁਸੀਂ ਚੱਕਣੀ ਹੈ, ਪੂਰੀ ਜੱਜ ਕੇ ਪਾਉਣੀ ਹੈ, ਮੈਂ ਹੁਣ ਤੁਹਾਨੂੰ ਇੱਕ ਸੱਚ ਕਲੀਅਰ ਕਰ ਰਿਹਾ। ਦੇਖੋ ਪਹਿਲਾਂ ਤਾਂ ਆਪਾਂ ਨੇ ਇਹਨਾਂ ਨੂੰ ਘਰੋਂ ਚੱਕ ਕੇ ਸੁੱਟਿਆ ਅੰਦਰ, ਫਿਰ ਇਹਨਾਂ ਨੇ ਆਪਣੇ 'ਤੇ ਜ਼ੋਰ ਲਾਇਆ, ਆਪਾਂ ਇਹਨਾਂ ਦੀ ਗੱਲ ਨਹੀਂ ਮੰਨੀ, ਹੁਣ ਇਹਨਾਂ ਨੇ ਕੀ ਕਰ ਰੱਖਿਆ, ਮੇਰੇ ਮਾਰ ਗੱਡੀਆਂ ਲਾ ਦਿੰਦੇ ਰੋਜ਼, ਹਰਿਆਣਾ ਨੰਬਰ, ਯੂਪੀ ਨੰਬਰ, ਮੈਨੂੰ ਪਤਾ ਵੀ ਗੱਡੀਆਂ ਇਹ, ਚਲੋ ਆਪਾਂ ਨੂੰ ਹੁੰਦੀ ਆ, ਆਪਾਂ ਹੁਸ਼ਿਆਰ ਹਾਂ, ਪੁਰਾਣੇ ਤੁਰੇ ਫਿਰਦੇ ਹਾਂ ਜੇ ਕੰਮਾਂ 'ਚ, ਆਪਾਂ ਨਿਕਲ ਨਿਕਾਉਣ ਆਉਣਾ। ਕੱਲ੍ਹ ਅਸੀਂ ਬੈਠੇ ਸੀ ਕਿਤੇ, ਅਸੀਂ ਤਾਂ ਉੱਥੋਂ ਤੁਰੇ 8 ਵਜੇ, ਸਾਡੇ ਮਗਰ ਗੱਡੀ ਲੱਗ ਗਈ ਸਵਿਫਟ, ਦੋ ਚਾਰ ਲੱਗੀਆਂ ਸੀ, ਉੱਦਾਂ ਇੱਕ ਸਪੈਸ਼ਲ ਲੱਗੀ ਰਹੀ। ਫਿਰ ਜਦੋਂ ਮੈਂ ਘਰ ਆ ਕੇ ਉਤਰਿਆ, ਮੈਂ ਉਤਰ ਕੇ ਅੰਦਰ ਵੜ ਗਿਆ, ਆਪਣੇ ਬੰਦੇ ਹੁਣ ਹੁਸ਼ਿਆਰ, ਉਹਨਾਂ ਨੂੰ ਪਤਾ ਲੱਗ ਜਾਂਦਾ, ਉਹ ਅੱਖਾਂ ਦੀ ਜਾਂਦੇ ਨੇ, ਉਹਨਾਂ 'ਚ ਦੋ ਤਿੰਨ ਬੰਦੇ ਮੈਂ ਮਗਰ ਲਾ ਤੇ, ਜਦੋਂ ਮਾਰ ਲਾ ਕੇ ਉਹਨਾਂ ਨੇ ਗੱਡੀ ਭਜਾਈ ਪੂਰੀ ਤੇਜ਼, ਉਹਨਾਂ ਨੇ ਪਿੱਛੇ ਮੋਟਰਸਾਈਕਲ ਚੱਕਤਾ, ਹੈ ਨਾ, ਉਹ ਗੱਡੀ CI ਸਟਾਫ ਮਾਨਸਾ ਦੇ ਗੇਟ 'ਚ ਖੜ੍ਹੀ, ਟੋਪੀਆਂ ਵਾਲੇ ਬੰਦੇ ਸਾਰੇ ਮੋਨੇ ਕਲੀਨ ਸ਼ੇਪ ਸਿਵਲ ਕੱਪੜਿਆਂ 'ਚ, ਚਾਰ ਜਣੇ ਸੀ, ਉੱਤਰ ਕੇ ਭੱਜ ਕੇ ਅੰਦਰ ਵੜੇ ਨੇ CI ਸਟਾਫ ਦੇ, ਰਾਤ ਨੂੰ। ਹਰਿਆਣਾ ਨੰਬਰ ਗੱਡੀ ਹੈ, ਪਿਛਲੀ ਵੀਡੀਓ ਤੁਸੀਂ ਉਹਦਾ ਨੰਬਰ ਦੇਖ ਸਕਦੇ ਹੋ, ਉਹ ਨੰਬਰ ਬਣਿਆ ਉਵੇਂ ਜਿਵੇਂ ਗੱਡੀ ਥਾਣੇ ਮੂਹਰੇ ਖੜ੍ਹੀ ਆ, ਉਹ ਗੱਡੀ ਮੇਰੇ ਮਗਰ ਲੱਗੀ ਹੈ, ਵੀਡੀਓ ਆਪਾਂ ਆਪਣੇ ਘਰ ਦੀ ਵੀ ਕਢਵਾ ਦਾਂਗੇ, ਮੇਰੇ ਘਰ ਦਾ ਕੈਮਰੇ ਹੈ ਨਹੀਂ, ਉਹਨਾਂ ਆਪਣਾ ਤੋਂ ਕਢਵਾ ਕੇ ਦੇ ਦਾਂਗੇ ਵੀ ਉਹ ਗੱਡੀ ਕਿਵੇਂ, ਵੀ ਹੁਣ ਮੈਥੋਂ ਇਹ ਐਂ ਦੱਸੋ, ਜੇ ਇਹਨਾਂ ਨੇ ਮੇਰੇ ਮਗਰ ਲੱਗਣਾ ਵਰਦੀ 'ਚ ਲੱਗ ਜਾਣ, ਸਿਵਲ ਕੱਪੜਿਆਂ 'ਚ ਕਿਉਂ ਲੱਗਦੇ ਨੇ, ਰਾਤ ਦੇ ਹਨੇਰੇ 'ਚ ਕਿਉਂ ਲੱਗਦੇ ਨੇ, ਮੇਰੇ ਮਨ 'ਚ ਕੋਈ ਗੱਲ ਆ ਜੇ ਮੈਂ ਚੱਕ ਕੇ ਗੱਡੀ ਦੇ ਬੋਰਨ ਸਿੱਟ ਮਾਰਾਂ, ਫਿਰ ਲਸਾਸੀ ਅਸਲਾ ਤਾਂ ਇਹ ਮੈਨੂੰ ਦਿੰਦੇ ਨੇ, ਲਸਾਸੀ ਅਸਲਾ ਦੇਣਾ ਮੈਂ ਸਿੱਧਾ ਫੈਰ ਮਾਰਾਂ ਉਹ ਗੱਡੀ 'ਤੇ ਜਿਹੜੀ ਮੇਰੇ ਮਗਰ ਆਏ ਤੁਰੀ ਫਿਰਦੀ ਹੈ, ਮੈਨੂੰ ਤਾਂ ਡਰ ਆ ਵੀ ਹਰਿਆਣਾ ਨੰਬਰ ਗੱਡੀ ਹੈ, ਸਿਵਲ ਕੱਪੜਿਆਂ 'ਚ ਹੈ, ਆਪਦੀ ਪੁਲਿਸ ਦੀ ਗੱਡੀ 'ਚ ਮਗਰ ਕਿਉਂ ਨਹੀਂ ਲੱਗਦੇ? ਹੁਣ ਤੁਸੀਂ ਖੁਦ ਸਮਝਦਾਰ ਹੋ, ਇਹ ਆਪਾਂ ਨੂੰ ਛੇਤੀ ਆਪਣੀ ਭੇਟਾ ਲਾਉਣਾ ਚਾਹੁੰਦੇ ਨੇ, ਕਿਵੇਂ ਮਰਜ਼ੀ ਲੈਣ ਜਾਂ ਬਾਅਦ 'ਚ ਕੋਈ ਮਰਜ਼ੀ ਗੱਲ ਕਰ ਬਣਾ ਦੇਣ, ਹੈ ਨਾ। ਤਾਂ ਭਾਈ ਮਾਨਸਾ ਦੀ ਪੁਲਿਸ CI ਸਟਾਫ, ਸਾਨੂੰ ਇਹ ਗੱਲ ਦਾ ਜਵਾਬ ਦਿਓ ਵੀ ਇਹ ਗੱਡੀ ਕਿਹਦੀ ਹੈ, ਅਤੇ ਕਿਹੜੇ ਬੰਦੇ ਸੀ ਬੰਦਿਆਂ ਦੀ ਵੀਡੀਓ ਬਣਾਈ ਅੰਦਰ ਵੜਦਿਆਂ ਦੀ, ਉਹ ਮੈਂ ਜਾਣ ਕੇ ਨਹੀਂ ਵਾਇਰਲ ਕਰੀ, ਵੀ ਇਹਨਾਂ ਦੇ ਪਹਿਲਾਂ ਜਵਾਬ ਮੰਗਦੇ ਹੈ। ਦੇਖੋ ਤੁਸੀਂ ਜਵਾਬ ਮੰਗੋ, ਲੋਕ ਜਵਾਬ ਮੰਗਾਂ, ਜਿਹੜੇ ਮੈਨੂੰ ਕਾਨੂੰਨ ਦੀਆਂ ਦੁਹਾਈਆਂ ਦਿੰਦੇ ਨੇ ਉਹ ਜਵਾਬ ਮੰਗਣ। ਰਾਤ ਨੂੰ ਮੈਂ ਕੀ ਕੋਈ ਠੱਗ ਬਲੈ ਕੀ ਆ, ਚੋਰ ਚੱਕਾ ਜਾਂ ਕੌਣ ਹੈ, ਮੈਨੂੰ ਐਂ ਤਾਂ ਦੱਸ ਦਿਓ, ਵੀ ਤੁਸੀਂ ਮੈਨੂੰ ਰਾਤਾਂ ਨੂੰ ਵੀ ਨਹੀਂ ਛੱਡਦੇ ਘਰੇ, ਸਿਵਲ ਕੱਪੜਿਆਂ 'ਚ ਰਹਿਣੇ ਹੋ, ਜੇ ਵਰਦੀ 'ਚ ਹੁੰਦੇ ਕੋਈ ਚੱਕਰ ਨਹੀਂ ਸੀ, ਮਗਰ ਲੱਗੇ ਰਹੋ, ਮੈਨੂੰ ਤਾਂ ਨਾਲ ਫਾਇਦਾ ਹੋਣਾ, ਸਿਕਿਉਰਟੀ ਹੈ ਮੇਰੀ, ਸਿਵਲ ਕੱਪੜਿਆਂ 'ਚ ਕਿਉਂ ਮਗਰ ਲੱਗਦੇ ਹੋ, ਕਿੱਥੇ ਕਿੱਥੇ ਮਗਰ ਸੀ ਤੁਸੀਂ, ਮੈਨੂੰ ਪਤਾ, ਲੁਧਿਆਣੇ ਤੁਹਾਡੇ ਤੁਸੀਂ ਬੰਦੇ ਛੱਡੇ,
क्यों क्यों मगर लगते हो, वो भी चोर बन के ना मगर लगो साफ सीधा, जिवें मैं तुरिया फिरदा खुला प्रकाश डाढ़ जा वर्दी पा के मगर लगो, पता पुलिस वाले ने। मैं कोई घुग्गू नहीं, पहला लिया बंदा मैं गुजा शरीफ से साध नहीं भी तुम मैं अं मार जाओगे एक्सीडेंट करके जो इनकाउंटर करके। सो ख्याल रखियो ये गल का, आदि नानी चेते करके आ जड़े आओगे, गुंडा बदमाश गैंगस्टर मैनू नहीं मारदा कोई, वह सब पंजाबी माँ के जम्मे जाए ने, उन्होंने पता मैं गल सच्ची कर रहा, चाहे उन्होंने कोई जिट्टी बेचता हो नहीं मेरे दुश्मन है, उन्होंने पता भी ये साड़ी गल्ला करते हैं साड़ी पीढ़ी बचाऊंदा तुसी मारोगे। हुण साफ तो क्लीयर करता मैं लोगों के भी मैनू कौन मारूगा, समझ गया भाई। हाँ शेयर कर दो भाई सारे ता कि होर भीर जुड़न, वो तो वो तो गल ये भाई तुम पहुँचाओ आवाज़ चको आपके पेज तो, चाहे डाउनलोड करके पाओ, चाहे वह पिछले मैं वीडियो पा रखी है जी, मेरी पिछली वीडियो गड्डी की पाई है, कोई मैं सूतों बोलना मेरे पिछे लगी मेरे बाल को खड़े जिन्ना चर उतर के मैं अंदर नहीं गया है ना भाई। हाँ हाँ पिछे थले मलकीत सिंह अंबी मार आई मैं पिछली वीडियो पाई है, वह नंबर आ हरियाणा नंबर है, देख लियो पढ़ लियो, वह गड्डी का कबरकड़ा वो भी वह गड्डी की वो गड्डी तो होगी खर्च किसी की ऊँ मैं पता है इन्हों के ठाणे च होंगे हूँ पता ज्यादा जे वो गुंडे बदमाश भी हो तो इन्होंने पाले हुए हैं मारने वास्ते, जे ये कहे साडे मुलाजम से फलाने परपज नाल मगर लाए थे फिर भाई वर्दी क्यों नहीं मगर लाए, तुसी नशा तो फड़ते नहीं पंद्रह घर बेची जाते मानसा च, हाँ पेसर आओ ये कल की गल है पुरानी गल पिस्तौलों वाली गल पुरानी, इन्हों को सारा कुछ ही होंगे कोई गल नहीं लई फिर ना, परमात्मा जानता रब जानता भी इन्होंने करना की है, बट करो तो फिर तुम पा दें किसी गैंगस्टर से वो तो धक्के कबूल करवा दें, सानू पता नहीं असी गूंगे कमले नहीं है, हुण तुसीं जेनोसाइड करते उतरे कर दो मैनू कोई डर नहीं, गल कर तुसीं भी जे है या कुछ कारण है कट्ठो होके करो लोके ना करो। देखो हुण मैं साफ करता इहदा जवाब दे, हुण कौन होगा सानू मुख्यमंत्री, मुख्यमंत्री जवाब देगा भी मैं सिविल कपड़े झोटे तेरे मगर गड्डी लाई है, क्यों मैं यार कोई लीडर नहीं फलीडर नहीं, आम बंदा मैं नशे खिलाफ बोलदा बोलता रहूँ बोलू ही जाऊँ सारी जिंदगी, ओ यार ये इन्हों के दवावान मल्ली सिया मैं कितने मैं इन्हों के बार जा खड़ूंगा, मैं गड्डी चो ला लेंदा कल लाऊदा हूँ लाहूँ बह फड़ के लाहूँ, खुदा इन्हों का आपदा चिट्टा भीरे इन्हों के बंदे ने यह हूँ किसी भइए भूइए तो जरूर मरवाणगे हरियाणे का भी नहीं कोई गाह वाले तो इन्हों के आपदे बंदे तो जब आप मार जाने गोलियां नेरे की पता लगता, पर मैं इन्नी छेती खाता नहीं ये गल भुल जाओ, कोई मैं कबूतर नहीं है भी मिली है दुखा भी जिनू परमात्मा सुख क्या जो अभी मार कल बचा कल कुछ कल असी है मोटरसाइकिलों से मोटरसाइकिलों से बंदा शहर से सेफ रहा हमेशा। देखो इन्हों दे काम आ गड्डी पिछली वीडियो है तुम ये देख सकते हो, जे मेरी गल चरता पर भी झूठ होया हूँ गल आने आप नशे खिलाफ बजे नशे खिलाफ अं चलोंगे एक ठोक के चलोंगे ना रुकीए तो ना रुकना है ना झुकना है, तुम भी खुले चलो। एक नंबर एक गल जी मैं हमें कहता भी मेरा यह अकाउंट है आह अकाउंट मेरा एक परमिंदर सिंह झोटा झोटा पंजाबी चाहे दो अकाउंट है कई वीर ने बना रखे ने, चलो धन भाग उन्होंने, बट यार मैं किसी तो जे कोई पैसे मंगे सुथों किसी भी होर अकाउंट तो या कोई फोन करके मंगे भी झोटे नूं पैसे मंगे ने भीरे लोड़ नहीं सीधा मैनू मैसेंजर के कॉल कर सकते हो, तो जो कोई पैसे मांग भी ना करी जाए है ना मैं तो दल जहाँ मैं हम नंबर दते 9496303083 मेरा नंबर 7886211 अच्छ कल चला लेंगे, पुलिस मेरा मोबाइल भी नहीं दे रही क्यों मेरे लिंक बहुत ने कोई गल नहीं कहना रखे लै लेंगे पता नहीं वो की भालते हैं है ना। हाँ बई निहाल सिंह वाले बनावे कमेटी सारे कितने एक बई आप सरकार दे जमा उल्टा है इन्हों के खिलाफ बोलते हैं कठोक के है ना, तो जोड़े बंदे सरकारी ने भी अपन सत श्रीकाल दुआ सलाम उन्होंने उन्होंने कोई वाह वास्ता नहीं गलती ना, चलो जे किसी का कुछ माड़ा चंगा भी होया होया उनका माड़ा किसी का करता नहीं, हूँ भाई तुम हुशियार रहो व्यवस्था हुशियार आ पूरे अगे पिछे निगाह रखते हैं है ना, पावे पावे भीरे पा देंगे अपने को चैनल नहीं है लिक्की लक्की नज्जर भीरे तुम पा दो, ये जड़े एक्सीडेंट हुए ने पुराने इन्हें नहीं करे ने करके ए धर देंगे ने जिमें दीप सिद्धू का होया जां सिद्धू का एनकाउंटर होया उहदे च इन्हां दा पूरा पूरा हथ है कित्थे रहा किवें कोई इन्हां ने हजे तक सिद्धू का प्यो सच्चा रोंदा सिद्धू का प्यो कि मैं भी रोंदा ओह इन्हों का इन्ना हथियार लैके बंदा किवें तुरै फिरू सारा दिन 3 महीने जड़े रॉक क्लचर लैके ये खुद सी बिच गड्डी दे ट्रेन बंदे बिच सी उहदे फसाए हो ही नहीं मैनू लगता है ना, पता सी मैनू ये गल का पहला
ਉਹਦੇ ਐਸ ਐਸ ਪੀ ਨਾਲ ਮਨਕੀਰ ਤੌਲ ਖੋਸ ਗੁਰਬ ਧੁਰੇ ਨਾਲ ਮੁਲਾਕਾਤ ਕਰਦਾ ਹੈ ਦੋ ਤਿੰਨ ਦਿਨ ਪਹਿਲਾਂ। ਲਿਖਦਾ ਇੱਕ ਵੱਡਾ ਦਰਖਤ ਡਿੱਗੂਗਾ, ਇਹਦਾ ਕੀ ਮਤਲਬ ਹੋਇਆ ਤੁਸੀਂ ਖੁਦ ਦੱਸੋ। ਜਾਂ ਹੁਣ ਯਾਰ ਇਹ ਆਪਣੇ ਸਿੱਧਮ ਸਿੱਧੇ, ਹੁਣ ਮੈਂ ਤਾਂ ਹੁਸ਼ਿਆਰ ਸੀ, ਮੈਂ ਗੱਡੀ ਦੀ ਵੀਡੀਓ ਬਣਾ ਲਈ, ਇਹੋ ਜਿਹਾ ਕੁਛ ਕਰ ਲਿਆ। ਬਾਈ ਸਾਰੇ ਕਿਤੇ ਆਊ, ਜਿੰਨਾ ਚਿਰ ਮੇਰੇ ਕੋਲ ਸਵਾਸਾਂ ਦੀ ਪੂੰਜੀ ਹੈ ਮੈਂ ਤੁਹਾਨੂੰ ਨੰਬਰ ਦਿੱਤੇ ਹੋਏ ਹੈ ਉਹ ਨੰਬਰਾਂ 'ਤੇ ਕਾਲ ਕਰੋ, 9496038964 7427 5149 ਮੇਰਾ ਨੰਬਰ 1 2 9 ਚੱਲ ਜੂ, ਮੈਂ ਆਪਦਾ ਨੰਬਰ ਕਢਾਈ ਜਾਂਦਾ, ਕਿਉਂ ਇਹਨਾਂ ਨੇ ਮੇਰਾ ਫੋਨ ਫੜ ਰੱਖਿਆ, ਫੋਨ ਨਹੀਂ ਦਿੰਦੇ। ਬਾਈ ਸ਼ੇਅਰ ਕਰ ਦਿਓ ਮੋਹਨ ਸਿੰਘ, ਬਾਈ ਸਾਰੇ ਸ਼ੇਅਰ ਕਰ ਦਿਓ ਬਾਈ, ਤੁਹਾਡਾ ਧੰਨਵਾਦ ਹੈ। ਦੇਖੋ ਮੈਂ ਤਾਂ ਹੋਕਾ ਦਿੱਤਾ, ਮੈਂ ਨਗਾਰਚੀ ਨਹੀਂ, ਮੈਂ ਤਾਂ ਚੌਕੀਦਾਰ ਹਾਂ ਤੁਹਾਡਾ, ਤੁਹਾਡੇ ਜਵਾਕ ਬਚਾਉਣਾ ਚਾਹੁੰਦਾ। ਮੈਂ ਕਿੰਨੇ ਦਿਨਾਂ ਬਾਅਦ ਚੁੱਕੂ ਇਹ ਤੁਹਾਨੂੰ ਪਤਾ, ਉਦੋਂ ਬਾਅਦ ਤੁਸੀਂ ਆਵਾਜ਼ ਖੁਦ ਚੁੱਕਣੀ ਹੈ। ਨਸ਼ੇ ਖਿਲਾਫ ਆਵਾਜ਼ ਚੁੱਕੋਗੇ ਤੁਹਾਡੇ ਇਹ ਦੁਸ਼ਮਣ ਬਣਨਗੇ, ਸਟੇਟ ਤੁਹਾਡੀ ਦੁਸ਼ਮਣ ਬਣੂ ਸਿੱਧਮ ਸਿੱਧੀ ਡਾਇਰੈਕਟ, ਕਿਉਂਕਿ ਪੁਲਿਸ ਹੀ ਖੁਦ ਚਿੱਟਾ ਵੇਚਦੀ ਹੈ। ਮੈਂ ਸ਼ਰੇਆਮ ਕਹਿਣਾ, ਪੁਲਿਸ ਹੀ ਖੁਦ ਚਿੱਟਾ ਵੇਚਦੀ ਹੈ, ਪੁਲਿਸ। ਸਰਕਾਰਾਂ ਵੀ ਜ਼ੋਰ ਲਾਉਂਦੀਆਂ ਇਹਨਾਂ 'ਤੇ, ਪਰ ਇਹ 100 73 ਕਰ ਦਿੰਦੇ ਨੇ, ਠੀਕ ਹੈ। ਅੱਗੇ ਵੀ ਹੁਣ ਤੁਸੀਂ ਕੀ ਕਰਨਾ, ਆਓ ਕਰੋ, ਮੇਰਾ ਜਿਹੜਾ ਉਸ ਕਰਨਾ ਸ਼ਰੇਆਮ ਕਰੋ, ਮੈਂ ਤਾਂ ਇੰਤਜ਼ਾਰ 'ਚ ਹਾਂ ਘੜੀ ਦੇ, ਹੈਨਾ। ਹੁਣ ਬਾਈ ਫਿਰ ਐਂ ਨਾ ਸਮਝ ਲਿਓ, ਧੁਰ ਦਰਗਾਹੀ ਨਿਭੂ ਦਾ ਬੈਰ ਮੇਰਾ। ਹਾਂ ਹੱਥ ਇੱਕ ਖੁਸ਼ਖਬਰੀ ਦੇਣੀ ਸੀ ਸਭ ਨੂੰ, ਮੈਂ ਰਾਤ ਦੀ ਖੁਸ਼ਖਬਰੀ ਅੱਖੀ ਬੈਠਾ ਸੀ, ਉਦੋਂ ਪਹਿਲਾਂ ਆਹ ਆ ਗਈ ਗੱਲ ਮੇਰੇ ਕੋਲ, ਤੁਹਾਨੂੰ ਹੁਣ ਖੁਸ਼ਖਬਰੀ ਦਿੰਦੇ ਹਾਂ। ਜਿਹੜਾ DSP ਸੰਜੀਵ ਗੋਇਲ ਸੀ, ਮਾਨਸਾਲਾ DSP ਸੰਜੀਵ ਗੋਇਲ, ਕਰਪਟ ਬੇਈਮਾਨ ਦੱਲਾ ਅਫਸਰ, ਕੁੱਤਾ ਅਫਸਰ, ਉਹ ਜਿਹਨੇ ਮੇਰੇ ਘਰੇ, ਇਹ ਕਹਿੰਦੇ ਨੇ ਜਿਹਨੇ ਮਾਨਸਾ ਲੁੱਟ ਕੇ ਖਾ ਲਈ, ਉਹਨੇ ਕੀ ਕਰਿਆ, ਮੁਕਤਸਰ ਇੱਕ ਗਰੀਬ ਵਕੀਲ, ਆਮ ਵਕੀਲ ਚੱਕ ਲਿਆ ਉਹਨਾਂ ਨੇ। ਮੈਂ ਕਹਿੰਦਾ ਸੀ ਵੀ ਉਹ ਕਈ ਬੰਦੇ ਫਸੂ ਮੁਕਤਸਰ ਵਾਲੇ, ਬਹੁਤ ਇਮਾਨਦਾਰ ਬੰਦੇ ਸੀ, ਵੀ ਇਹਦੇ ਨਾਲ ਇਹਨੂੰ ਨਾਲ ਲਾਇਓ ਅਤੇ ਬਚ ਕੇ ਰਹੋ, ਇਹ ਤੁਹਾਡੇ ਮੁਕਤਸਰ ਪਹੁੰਚ ਚੁੱਕਿਆ। ਹੁਣ ਇਹਦੇ ਕੋਲ ਹੁਣ ਮੱਤਾਂ ਮਾਨਸਾਲੀਆਂ, ਮੱਤਾਂ 'ਚ ਗਰੀਬ ਲੋਕ ਸੀ, 72 ਬੋਲਣ ਵਾਲੇ, ਇਹਨੇ ਉਹੀ ਕੁਛ ਕਰਤਾ ਉੱਥੇ। ਇਹਨਾਂ ਨੇ ਬੰਦਾ ਚੱਕ ਕੇ ਉਹਨੂੰ ਕੁੱਟਿਆ ਬੁਰੀ ਤਰ੍ਹਾਂ, ਉਹਦੀ ਗੰਦੀਆਂ ਵੀਡੀਓ ਬਣਾਈਆਂ ਵਕੀਲ ਦੀਆਂ, ਟੋਰਚਰ ਕਰਿਆ ਬੁਰੀ ਤਰ੍ਹਾਂ, 18 ਇੰਜਰੀ ਆਈਆਂ ਵਕੀਲ ਦੇ। ਉਸ ਤੋਂ ਬਾਅਦ ਉਹਨੂੰ ਨਸ਼ਾ ਦਿੱਤਾ, ਇੰਜੈਕਸ਼ਨ ਲਾਇਆ ਸੀ, ਮੋਰਫਿਨ ਲੈਣਾ, ਉਹ ਹੁਣ ਵਕੀਲ ਸੀ ਅਗਲਾ, ਉਹਦੇ ਪਿੱਛੇ ਕੋਰਟ ਆ ਗਈ ਸਾਰੀ ਲਾਈਵ, ਹੈ ਨਾ, ਬਾਹਰ ਆ ਗਿਆ, ਉਹ ਸਾਰਾ ਕੁਛ ਸੱਚ ਹੋ ਗਿਆ, ਸਾਫ਼ ਹੋ ਗਿਆ। ਉਹਨਾਂ ਨੇ ਇਹਨਾਂ ਦੇ ਪਰਚਾ ਕਰਾਤਾ, DSP ਸੰਜੀਵ ਗੋਇਲ 'ਤੇ ਪਰਚਾ ਹੋ ਗਿਆ। ਇਹ ਸਾਰਿਆਂ ਦੇ ਮੁਕਤਸਰ, ਮੈਂ ਤੁਹਾਨੂੰ ਉਹ ਵੀਡੀਓ ਭੇਜਦਾ, ਹੈ ਨਾ, ਜਿਹਨਾਂ ਦੇ ਪਰਚਾ ਹੋਇਆ, ਹਾਲੇ ਇਹਨਾਂ ਨੇ FIR ਲਾਂਚ ਨਹੀਂ ਕਰੀ, ਕਿਉਂ ਪੁਲਿਸ ਹੈ, ਜਾਓ ਵਕੀਲ ਬਾਈ ਸਾਹਿਬ, ਮੈਂ ਆਪਣੇ ਕੋਲ ਫੋਟੋ ਆ ਗਈਆਂ, ਵੀਡੀਓ ਆ ਗਈਆਂ, ਹੈ ਨਾ। ਗੱਲ ਕਰ ਇਹ, ਮੈਂ ਤੁਸੀਂ ਪਾਪੀ ਪਾਪ ਕਮਾਉਣ ਦੇ, ਤੁਸੀਂ ਕਿੰਨਾ ਚਿਰ ਪਾਪ ਕਮਾਓਗੇ, ਮੈਂ ਅਰਦਾਸਾਂ ਕਰੀਆਂ ਹੋਈਆਂ, ਮੈਂ ਨਹੀਂ ਹਰੇਕ ਮਾਣ ਜਾਂ ਹਰੇਕ ਬੰਦਾ, ਤੁਹਾਡਾ ਬਹੁਤ ਬੁਰਾ ਹਾਲ ਹੋਣਾ, ਬਹੁਤ ਬੁਰਾ, ਜਿਹਨਾਂ ਨੇ ਪਾਪ ਕਰਿਆ। ਜੇ ਮੈਂ ਮਾੜਾ ਕੁਛ ਕਰਿਆ ਯਾਰ, ਮੈਂ ਪੱਟਿਆ ਜਾਵਾਂ ਜਮਾਂ, ਕੁਛ ਨਾ ਕੱਖ ਨਾ ਰਹੇ, ਸਿੱਧਮ ਸਿੱਧਾ ਮੈਂ ਉਹਨਾਂ ਨੂੰ ਕਹਿੰਦਾ, ਜਿਹੜੇ ਬੰਦੇ ਮੇਰੇ ਘਰ ਆਏ ਅਤੇ ਜਿਹਨਾਂ ਨੇ ਹੁਕਮ ਲਾਇਆ ਉਹਨਾਂ ਨੂੰ, ਤਾਂ ਜਾਂ ਜਿਹਨਾਂ ਨੇ ਪੈਸੇ ਲਿੱਤੇ ਬਲੈਕੀਆਂ ਤੋਂ, ਉਹਨਾਂ ਨੂੰ ਮਾਨਸਾਲਿਆਂ ਨੂੰ, ਉਹ ਤਾਂ ਗਿਆ ਤੁਹਾਡਾ ਪਾਪਾ, ਜਿਹਦੇ ਪਾਪੇ ਦੇ ਹੁਕਮ 'ਤੇ ਆਏ ਸੀ ਆਪਦੇ 'ਤੇ, ਸੁਣ ਲਾ ਓਏ, ਤੈਨੂੰ ਕਹਿਣਾ ਤੂੰ ਆਹਦਾ ਪਾਪੇ ਦਾ ਹੁਕਮ, ਫੋਨ ਸੁਣਦਾ ਸੀ ਉਹਦੇ ਕਹੇ ਮੇਰੇ ਮੁੱਕੇ ਮਾਰੇ, ਤੇਰਾ ਪਾਪਾ ਤਾਂ ਗਿਆ, ਤੇਰਾ ਹਾਲ ਬਹੁਤ ਬੁਰਾ ਹੋਣਾ, ਤੈਨੂੰ ਪਰਮਾਤਮਾ ਦਿਖਾਊ ਤੇਰਾ ਕੀ ਕੁਛ ਕਰਨਾ, ਦੇਖ ਲਈ ਚਾਹੀਦਾ। ਹੁਣ ਮੈਂ ਨਹੀਂ ਸਮਝਦਾ ਵੀ ਉਹ 'ਚ ਪੁਲਿਸ ਵਾਲੇ ਸੀ ਜਾਂ ਇਹਨਾਂ ਦੇ ਗੁੰਡੇ ਸੀ ਜਾਂ ਇਹਨਾਂ ਦਾ ਕੀ ਪਤਾ, ਕੋਈ ਕਤਲ ਵਾਲੇ ਭਗੌੜੇ ਹੋਣ ਵਿਚਾਰੇ, ਉਹਨਾਂ ਨੂੰ ਡਰਾਉਣ ਵੀ ਸੀ, ਆਹ ਬੰਦਾ ਮਾਰੋ ਸੁਣ ਫੇਰ ਛੱਡਾਂਗੇ, ਇਹੋ ਜਿਹਾ ਕੁਛ ਕਰਦੇ ਨੇ। ਮੇਰੇ ਕੋਲ ਪਰੂਫ ਆਏ ਨੇ, ਫਰੌਤੀਆਂ ਲੈਂਦਿਆਂ ਦੀਆਂ, ਆਪਾਂ ਸਭ ਕੁਛ ਉਜਾਗਰ ਕਰਾਂਗੇ, ਇਹਨਾਂ ਦਾ ਬਹੁਤ ਕੁਛ ਉਜਾਗਰ ਕਰਨ ਦੇ, ਵੀਡੀਓ ਵੀ ਨੇ ਆਪਣੇ ਕੋਲ, ਹੈਨਾ, ਉਹ ਵੀ ਉਜਾਗਰ ਕਰਾਂਗੇ, ਪਰਮਾਤਮਾ ਸੁੱਖ ਰੱਖੇ। ਦੁੱਧ ਵਾਂਗੂ ਨੰਗੇ ਚਿੱਟੇ ਹੋ ਕੇ ਦੇਖੋ, ਇੱਕ ਤੁਹਾਡਾ ਪਾਪਾ ਤਾਂ ਗਿਆ, ਦੂਜੇ ਪਾਪੇ ਵੀ ਜਾਣਗੇ। ਸ਼ੇਅਰ ਕਰ ਦਿਆ ਕਰੋ ਬਾਈ, ਸਾਰੇ ਦੋ ਜਣੇ ਬੰਦੇ ਦੇਖਦੇ ਹੋ, ਤਾਂ ਕਿ ਵੱਧ ਲੋਕ ਦੇਖ ਸਕਣ। ਮੇਰਾ ਪੇਜ ਇਹ ਚੱਲਣ ਹੀ ਨਹੀਂ ਦਿੰਦੇ, ਸ਼ੁਰੂ ਨਹੀਂ ਹੋਣ ਦਿੰਦੇ, ਬੰਦ ਕਰ ਰੱਖਿਆ ਇਹਨਾਂ ਨੇ ਜਮਾਂ, ਫਿਰ ਵੀ ਥੋੜ੍ਹਾ ਮੋਟਾ ਚੱਲ ਜਾਂਦਾ ਹੈ, ਮੇਰੇ ਨਾਲ ਦੇ ਨਾਲ ਚੱਲਣ ਦਿੰਦੇ। ਪੱਤਰਕਾਰ ਆਪਣੇ ਕੋਲ ਵਿਚਾਰੇ 5-6 ਆਉਂਦੇ, ਹੈ ਨਾ, ਜਿਹੜੇ ਆਪ ਹੁਣ ਤਾਂ ਬਹੁਤ ਆਉਣ ਲੱਗ ਗਏ, NDTV ਵਾਲਾ ਵੀ ਕਰਕੇ ਗਿਆ, ਉਹਦੇ ਵਾਲਾ, ਉਹਨੇ ਮੁੜ ਕੇ ਪਾਈ ਪੂਈ ਨਹੀਂ, ਤੁਸੀਂ ਵੀ ਪਾਓ। ਜਿਹਨੇ ਮੈਨੂੰ ਮਿਲਣਾ ਹੋਇਆ ਧਰਨੇ 'ਚ ਮਿਲਿਓ, ਮੈਂ ਹੋਰ ਜਾਣਕਾਰੀ ਦੇ ਦੂੰ, ਇਹ ਵੀਡੀਓ ਦੇ ਦੂੰ, ਜਿਹਨੇ ਵੀਡੀਓ ਚਾਹੀਦੀ ਹੈ ਪੁਲਿਸ ਵਾਲੀ ਗੱਡੀ ਦੀ, ਉਹ ਸੁਰਿੰਦਰ ਤੋਂ ਲੈ ਸਕਦਾ, 9496038964 'ਤੇ ਫੋਨ ਕਰਕੇ, ਜਾਂ ਮੈਂ ਪਾਈ ਹੋਈ ਅਦੂ ਪਹਿਲਾਂ, ਉਹ ਡਾਊਨਲੋਡ ਕਰ ਲਓ, ਹੈ ਨਾ। ਸੋ ਵੀਰੇ ਹੁਣ ਨਸ਼ੇ ਖਿਲਾਫ਼ ਉੱਠ ਖੜੋ ਯਾਰ ਤੁਸੀਂ ਵੀ, ਮੈਂ ਤਾਂ ਆਪਦਾ ਸਾਰਾ ਪਰਿਵਾਰ ਧਰਿਆ ਹੋਇਆ, ਆਪਦੀ ਤਲੀ 'ਤੇ ਟਿਕਾਈ ਹੋਈ, ਆਪਦਾ ਪਰਿਵਾਰ ਵਾਰਿਆ ਹੋਇਆ ਸਾਰਾ, ਵੀ ਕਦੋਂ ਕੀਤਾ, ਕਦੋਂ ਆ ਜੇ ਕੁਛ, ਹੈ ਨਾ, ਮੇਰੇ ਜਵਾਕਾਂ ਦੀ ਜ਼ਿੰਦਗੀ ਗੁਲਾਮ ਆ ਉਦੇ ਦੀ, ਮੇਰੀ ਖੁਦ ਦੀ ਗੁਲਾਮ ਆ, ਮੈਂ ਗਰਾਊਂਡ 'ਚ ਨਹੀਂ ਗਿਆ, ਖੇਡਣ ਨਹੀਂ ਗਿਆ, ਢਿੱਡ ਮੇਰਾ ਤੋੜੇ ਵਰਗਾ ਕਰ ਛੱਡਿਆ, ਮੈਨੂੰ ਸਿੱਧੀ ਢੂਹੀ ਕਰਦਾ ਸਾਹ ਨਹੀਂ। ਬਾਈ ਤੁਸੀਂ ਵੀ ਚੱਲੋ ਯਾਰ, ਸਾਰੇ ਖੜ੍ਹੇ ਹੋਵੋ, ਲੜੋ, ਜਿੱਥੇ ਇੱਥੇ ਮੈਂ ਜਾਣਾ ਪਹੁੰਚੂੰਗਾ, ਆਹ ਤੁਹਾਡੇ ਸਾਹਮਣੇ ਇਹ ਗੱਡੀ, ਤੁਸੀਂ ਕੱਢ ਸਕਦੇ ਹੋ, ਕੱਢ ਕੇ ਦੇਖੋ ਕਿਹਦੀ ਆ ਇਹ, ਕੌਣ ਬੰਦਾ ਇਹ, ਕਿੱਥੋਂ ਦਾ ਮਾਲਕ ਹੈ ਇਹਦਾ, ਕਿੱਥੇ ਕੀ, ਕੋਈ ਅਫਸਰ ਹੈ, ਚਾਹੇ ਥਾਣੇ 'ਚ ਹੀ ਖੜ੍ਹੀ ਅਤੇ ਪਰਚਾ ਪਿਆ ਹੋਇਆ ਕੋਈ,
तो फिर गल साफ हो क्लीयर हो है ना। सो भाई देख लो अ करतूतों ने इन्ह दियाँ यह कुछ करते हैं है ना। चलो परमात्मा भली करूँ नरकों के अधिकारी हो गए मिलेंगे इन्हों नरकों और हूँ इन्हों करिए भी की करिए इन्हें वर्दी पाई इन्हों को बड़ा सिक्योरिटी दिती है। फिर जे आप दूजा कुछ करते आवेंगे ये आपू मिनटा च कुचल देने। आप आवाज़ बुलंद करो डांग वर्गी आवाज़ में हथियार बनाओ कलम हथियार बनाओ बोल बोल के दुनिया में जगाओ क्योंकि हुण समा हो रहा हुण अपने हाथ सोशल मीडिया का है जे इन्हां दी पत्रकारिता है सारे पाओ आपदे फोन तो बोलने लग जाओ यार जे आए तो बहुत चंगी गल आ सारे बोलन लग जाओ बई बन के है ना है ना। लो सब लो सारे लैणगे हाँ भाई सारे शेयर करो यार इहनूं वध तो वध शेयर करो वध तो वध फैलाओ भाई यार हुण तुहाडी मर्जी है। इहदू बाद हुण मैं तुहानूं इन्हां दी असलियत अज फिर दिखाती पहला उहदे घर दा जलूस कढ़िया अज फिर रात इन्हों की असलियत फिर दिखाती मेरे मैं कई दिन दे सी यही सी मैं पता है। कई बार मेरा मन होया गड्डी रोक के लाहां थले भी करिए सामना इन्हों का फिर मैं मेरे नाल दे रोक देंदे भी छड परा आप पता लाने पहला दो बार पता लाने की कोशिश करी लंघ गए कल रात पता ला लिया बाबे की कृपा नाल आ सोडे सामने है बई सारा कुछ ना। हाँ बई हिमसोनी जो भी वीर आते रहे उन्होंने सारा का धन्यवाद सारिया जुड़िया धन्यवाद धरना अपना निरंतर चलूगा चलद ही रहूगा। हाँ सो बई तकड़े हो जाओ सिंगो तुसी मां दे जाने हो शेयर कराया करो वध तो वध इन वीडियो ता कि वध तो वध लोग देखण वध तो वध लोगों को जावे। सो वाहिगुरू जी का खालसा वाहिगुरू जी की फतेह जिंदाबाद थे जिंदाबाद हैं और जिंदाबाद रहेंगे है ना। चलो चंगी गल है ये नहीं चुका सकते झुकदा नहीं गल बढ़िया जाऊ कर लो जिन्ना मर्जी जोर ला लो यार जिन्ना ला सकते उन्ना ला लो। चलो चलो हाँ हाँ लाइव कराया करा बोले भी गल तरी सही है पाँदी नहीं इंटरव्यू थोड़े बाद चलो वाहेगुरू जी का खालसा वाहेगुरू।